ਜੇ ਕੁੱਤੇ ਨੂੰ ਸ਼ੌਕ ਸੀ ਕਿਸੇ ਸਹਾਬੀ ਦੀ ਜ਼ਿਆਰਤ ਦਾ, ਸਾਨੂੰ ਤਾਂ ਤੂੰ ਉਂਝ ਹੀ ਨਹੀਂ ਨਾ ਮੰਨਦਾ, ਸਾਡੇ 'ਤੇ ਤੂੰ ਉਂਝ ਹੀ ਤੂੰ ਫਤਵੇ ਲਾਨਾ ਨਾ, ਵੀ ਸ਼ੀਆ ਹਜ਼ੂਰ ਦੇ ਸਹਾਬਾਂ ਨੂੰ ਨਹੀਂ ਮੰਨਦੇ, ਅਤੇ ਜੇ ਤੇਰਾ ਸ਼ੌਕ ਸੀ ਕਿਸੇ ਸਹਾਬੀ ਦੀ ਜ਼ਿਆਰਤ ਦਾ ਤਾਂ ਕਿਸੇ ਆਪਣੇ ਦੀ ਪੁੱਟ ਕੇ ਵੇਖ ਲੈਣਾ ਸੀ ਵੀ ਚੁੱਕੀ ਨਿਕਲਦਾ। ਮੇਰੀ ਜ਼ੁਬਾਨ ਨਾ ਬੋਲੀ ਦੁੱਖ ਲੈ ਕੇ ਟੁਰਸਾਂ, ਮੇਰੀ ਬਾਤ ਯਾਦ ਰੱਖਣਾ। ਜ਼ਮਾਨਾ ਜਵਾਨੀ ਨਸੀਬ ਹੋਵੇ, ਮੈਂ ਬਿਸਮਿਲ੍ਲਾ ਕਰਾਂ ਮੇਰਾ ਸਰ। ਵਾਹ ਵਾਹ, ਜਿਹੜਾ ਚੁੱਪ ਰਹਿ ਗਿਆ, ਚੁੱਪ ਰਹਿ ਗਿਆ। ਅੱਲਾਹੁ ਅਕਬਰ। ਬਸ ਬਿਲਕੁਲ ਲੰਗਰ ਦੇ ਕਰੀਬ ਆਏ, ਖਲੋਤੇ ਹਾਂ, ਹਲਾਲ ਕਰ ਲਈਏ ਫਿਰ ਖਾਣਾ ਹੀ। ਹਾਂ ਹਾਂ, ਮੁਰਸ਼ਦ ਅਲੀ ਦਾ ਲੰਗਰ ਹਲਾਲ ਹੀ ਉਸ ਵੇਲੇ ਹੁੰਦਾ ਜਿੱਡਾ ਮੁਰਸ਼ਦ ਅਲੀ ਦੇ ਮੰਨਣ ਵਾਲੇ ਅਲੀ ਅਲੀ ਕਰਦੇ ਨੇ। ਹਾਏ 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 ਦਾਰੀ, ਮੇਰਾ ਸਰਦਾਰ ਇਸ ਦੀ ਕਬਰ ਕਿਉਂ ਪੱਟੀ? ਪੜ੍ਹਨਾ ਕੁਝ ਹੋਰ ਹੈ, ਲੇਕਿਨ ਭਾਈ ਔਰਾਂ ਦੇ ਜੁਮਲੇ ਤੋਂ ਮੇਰਾ ਦਿਲ ਬਣ ਗਿਆ। ਅੱਛਾ, ਅੱਲਾਹੁ ਅਕਬਰ। ਮੈਂ 6 ਦਫ਼ਾ ਦਾ ਜ਼ਵਾਰ ਹਾਂ ਇਸ ਸਹਾਬੀ ਦੀ ਕਬਰ ਦਾ। ਆ ਮੈਂ ਤੈਨੂੰ ਦੱਸਾਂ ਇਹ ਕਬਰ ਪੱਟੀ ਕਿਉਂ, ਤਕਲੀਫ ਕੀ ਆਈ। ਇਸ ਦੀ ਕਬਰ 'ਤੇ ਬਹੁਤ ਬੜਾ ਬੋਰਡ ਲਿਖਿਆ ਹੋਇਆ ਸਰਕਾਰ ਅਲੀ ਅਲੈਹਿ ਸਲਾਮ ਦੇ ਪਾਸਿਓਂ, ਮੁਰਸ਼ਦ ਦਾ ਫਰਮਾਨ ਕਿਬਲਾ ਲਿਖਿਆ ਹੋਇਆ, ਜਿਸ ਜ਼ਿੰਦਗੀ ਵਿੱਚ ਹਾਦੀ ਫਰਮੇਂਦੇ ਨੇ ਕਿਸੇ ਮਜਬੂਰੀ ਦੀ ਵਜ੍ਹਾ ਤੋਂ ਮੇਰੇ ਮੰਨਣ ਵਾਲੇ ਨੇ ਮੇਰੀ ਜ਼ਿਆਰਤ ਨਹੀਂ ਕੀਤੀ, ਕਿਸੇ ਮਜਬੂਰੀ ਦੀ ਵਜ੍ਹਾ ਤੋਂ, ਪੇਸ਼ਵਾ ਫਰਮੇਂਦੇ ਨੂੰ ਘਬਰਾਵੇ ਨਾ, ਇਸ ਦੀ ਕਬਰ ਦਾ ਸਲਾਮ ਕਰੇ, ਇਸ ਦਾ ਨਹੀਂ ਉਸ ਮੈਂ ਅਲੀ ਦਾ ਸਲਾਮ। ਹਜ਼ਾਰਾਂ ਸਲਾਮ ਹਨ ਜਿਹੜੇ ਹੱਥ ਉੱਠਦੇ ਪਏ ਨੇ, ਜੇ ਆਖਿਆ ਹੀ ਤਾਂ ਫਿਰ ਹੁਣ ਮੇਰੇ ਨਾਲ ਸਫ਼ਰ ਕਰ, ਮੈਂ ਤੈਨੂੰ ਕੁਛ ਸੁਣਾਵਾਂ। ਮੈਂ ਬਿਸਮਿਲ੍ਲਾ ਕਰਾਂ, ਤੁਹਾਡੀ ਵੀ ਜ਼ਿੰਦਗੀ ਹੋਵੇ। ਅੱਲਾ, ਪੇਸ਼ਵਾ ਦਾ ਫਰਮਾਨ, ਵਜ੍ਹਾ ਕੀ ਆਈ ਕਬਰ ਪੁੱਟਣ? ਫਰਮਾਨ ਪੜ੍ਹਿਆ ਉਸੀ, ਤਕਲੀਫ ਹੋਈ। ਮੁਰਸ਼ਦ ਅਲੀ ਦਾ ਫਰਮਾਨ ਪੜ੍ਹ ਕੇ ਹੈਜ਼ਾ ਹੋਇਆ। ਹਾਂ ਹਾਂ, ਹੁੰਦਾ ਹੈ। ਜੇ ਤੈਨੂੰ ਯਕੀਨ ਨਹੀਂ ਤਾਂ ਸ਼ਾਮ ਨਾ ਜਾ, ਇੱਥੇ ਸਵੇਰੇ ਚੌਂਕ 'ਚ ਖਲੋ ਜਾਈ, ਜਿੱਥੇ ਬਹੁਤਾ ਸਾਰਾ ਰਸ਼ ਹੋਵੇ ਉਸ ਚੌਂਕ 'ਚ ਖਲੋ ਕੇ ਵਿੱਚ ਆਖੀ ਯਾ ਇਲੀ, ਆਪ ਚੁੱਪ ਕਰ ਜਾਈ, ਵੇਖ ਲਈ ਕਿਹਨੂੰ ਕਿਹਨੂੰ ਹੈਜ਼ਾ ਹੋ ਜਾਂਦਾ। ਤਾਂ ਮੈਂ ਬਿਸਮਿਲ੍ਲਾ ਕਰਾਂ, ਜ਼ਿਆਦਾ ਦੂਰ ਨਹੀਂ, ਇੱਥੇ ਫੈਸਲਾ ਕਰਨਾ। ਉਹ ਹੈਜ਼ਾ ਹੋਇਆ, ਅਲੀ ਦਾ ਫਰਮਾਨ। 1400 ਸਾਲ ਗੁਜ਼ਰ ਗਏ, ਫਰਮਾਨ ਅੱਜ ਵੀ ਅਲੀ ਦਾ। ਓਏ ਹੋਏ 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 ਹੋਏ, ਬਿਸਮਿਲ੍ਲਾ। ਇਤਨੀ ਮੁੱਦਤ ਗੁਜ਼ਰ ਗਈ, ਫਰਮਾਨ ਅੱਜ ਵੀ ਅਲੀ ਦਾ। ਬਾਬਾ ਜੀ, ਜੁਮਲਾ ਤੁਹਾਡੀ ਨਜ਼ਰ ਪਿਆ ਕਰਨ, ਇਹ ਫਰਮਾਨ ਮਾਜ਼ਲਾ ਤੋਬਾ ਗਲਤ ਕਰੋ। ਕਿਵੇਂ ਕਰੀਏ? ਕਬਰ ਪੱਟੋ ਅਲੀ ਵਾਲੇ, ਨੈੱਟ ਦਾ ਦੌਰ ਹੈ, ਵਿੱਚੋਂ ਨਿਕਲਣਾ ਕੁਛ ਨਹੀਂ। 1400 ਸਾਲ ਲੰਘ ਗਏ, ਮਿੱਟੀ ਮਿੱਟੀ ਨੂੰ ਖਾ ਗਈ, ਉਹਨੂੰ ਪਤਾ ਹੀ ਨਹੀਂ ਅਲੀ ਵਾਲਿਆਂ ਦੀ ਮਿੱਟੀ ਹੋਰ ਹੁੰਦੀ ਹੈ। ਲੋਮੀ ਨਹੀਂ ਜਵਾਨੀ ਮਾਣਸ ਜੀ, ਬਿਸਮਿਲ੍ਲਾ ਕਰਾਂ, ਜਵਾਨੀ ਨਹੀਂ ਨਹੀਂ, ਅਗਲੇ ਪਿਛਲੇ ਮਿਲ ਕੇ ਇਸ ਦੀ ਕਬਰ ਤੱਕ ਸਦਾ ਜਾਏ। ਮੈਂ ਬਹੁਤ ਬੜੀ ਬਾਤ ਕਰਨ ਲੱਗਾ, ਮਿਲ ਕੇ ਹਾਏ ਦਾਰੇ, ਜਵਾਨੀ ਨਸੀਬ। ਇਮਾਮ ਜ਼ਮਾਨਾ ਤੁਹਾਡੀ ਕਬਰ ਪੱਟੋ, ਵਿੱਚੋਂ ਨਿਕਲਣਾ ਕੁਛ ਨਹੀਂ, ਨੈੱਟ ਦਾ ਦੌਰ, ਰੌਲਾ ਪਾ ਦੇ। ਅਲੀ ਦਾ ਫਰਮਾਨ ਹੈ, ਇਸ ਦੀ ਕਬਰ ਦਾ ਸਲਾਮ ਕਰੋ। ਮੈਂ ਅਲੀ ਦਾ ਸਲਾਮ ਕੀਤਾ, ਵਿੱਚੋਂ ਨਿਕਲਿਆ ਕੁਛ ਨਹੀਂ। ਸ਼ੀਆ ਕਿੱਥੋਂ ਟੁਰਦੇ ਨੇ, ਪੈਸੇ ਖਰਚ ਕਰਦੇ ਨੇ, ਇੱਥੇ ਆ ਕੇ ਮਿੱਟੀ 'ਤੇ ਟੱਕਰਾਂ ਮਾਰਦੇ ਨੇ।
جو علی دے منن والا ہوندا تے ایتھوں وچوں نکلدا نا. مینوں رب محمد دی قسم اس سارے پروگرام دے نال بدماشی شروع کیتی. علی دے منن والے دی 1400 سال گزرن دے بعد قبر پٹنی شروع کیتی. جڑے ویلے قبر پٹی علی والے نے قبر تو باہر آ کے منہ تے تماچا مار کے آکھیا غور نال ویکھو علی والے اہ جائے. واہ 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 جوانی آماج جیو بسم اللہ. کوئی نوکری پسند آ رہی ہے جناب؟ ہزارہ سلام ان کو. اللہ اکبر. دیکھو اتنی مدت دے بعد نیٹ دا دور یار بندے غالباً زیارت کیتی, جس نہیں کیتی ضرور کرو. ریش مبارک دا ایک وال بھی ڈنگا نہیں علی والے دا. کفن تے ایک بھی دھبا. میرا ایک سنی دوست ہے تو بڑا پرانا دوست, میں مجلس پڑھ کے آیا تو رستے دے مل پے علوی صاحب. بڑے دنوں بعد ملاقات. میں کہ بس مولا نے رزق کیا. انہوں نے کہا دیکھو جی حد مک گئی کہ اے نٹ تسی ایک کفن دے اتنے دبا نہیں. میں کہ پریشان ہو گئے تو آپ ہی مسیطے کھلو کے اعلان کر دیو محمد کے غلاموں کا کفن میلا نہیں ہوتا. آپ ہی حرام ہو اعلان شیعہ تو نہیں کر دے. میں بسم اللہ کرا جا جوانی نصیب ہو. جوانی نصیب. بسم اللہ کرا جا. آپ پہ ہی اللہ دے گھر چکھلو کے اعلان بھی کر دے. آپ ہی پریشان ہوئے پہ. رب محمد قسم اس آخیا واقعی پتہ لگ گیا غلام یہ جہی ہوتے. اتنی مدت دے بعد جو قبر پٹی ہے علی والا انج نکلیا جی میں ہوں ستا ہوں ستا. جس بندے نو یقین نہیں علی ان ولی اللہ نہیں پڑھتا, پڑھنے والے نال گل نہیں میری توبہ ہزار بار, جیڑا نہیں پڑھتا انہوں یقین نہیں. یہ تو 1400 سال گزرن دے بعد قبر پٹی ہے نا. تو پیو نو دفن کر 6 مہینوں دے بعد پیو نو قبر چو باہر کڈ. جے شامی روٹی کھا جائیں تو میرے تے لعنت کر دے. چودہ سو سال دے بعد قبلا تھوڑی جی گل نہیں میرا سردار. اجر دی عمرہ ہو گئی بہت بڑی بات ہے. علی آلا بالکل جی میں ہن سمایا ہے. کوئی کمائی تے علی آلے دی ہائی نہ, کوئی نوکری تے ہائی نہ جڑی مرشد نو پسند آئی ہے. پیشوا علی دے قصیدے پڑھدا. گل چھیڑیے بھائی نے اس سے تو مجلس ساری تمام. قصیدے پڑھتا مرشد علی جتھے زیادہ رش ہوتے کھلو کے آخدا گل سنو پاگل نہ بنو. وقت گزریا پھر ہاتھ نہیں آونا. مت سمجھو کہ اینے سال دے ہو گئے گھٹ گئیے, اجے بھی وقت ہے. جنت لینی علی دے دروازے سوا کوئی نہیں مل رہی. کوئی ایڈے سونے قصیدے پڑھن لگ پیا دمشق دے بچے گھراں تو نکل کے نا تے دامن نپ کے آکھن بابا بابا علی دا قصیدہ تیرے منہ چ بڑا سونا لگدا ہے, ذرا سناویں نا ایتھے کھلو کے. حاکم میں وقت نو اطلاع مل گئی. تن دساں اتنی مدت دے بعد علی والا اقبال بھی ڈنگا نہیں. وجہ کی آئی رب محمد دی قسم دربار بلائے گئے. کڑیاں پائیاں سپاہی نو آدھا میرا جرم تو دس. اس آخیا علی دی محبت ادب پالا توک پوالا بیڑیاں پوالا. آدھا کیوں پہ پہنا ہے؟ آدھا یقین ہو گیا, آج یقین ہو گیا مرشد نو نوکری پسند آ گئی. میں بسم اللہ کرا جوانیاں ماڑو. میں تھوڑے آکھن تے پڑھن لگا ہاں. میں بسم اللہ کرا. بادشاہ نو نوکری پسند آ گئی. دربار لایا
پہلے بندے تو آخری بندے تک گل اندر نال جی دل چالی وستا ہے بات جڑی سونا من لگا گھٹ لوگ سونا بنی دربار لایا آدھا گل سن پاگل نہ بن رکے تو لے کے جتھے جنگ سفین ہوئی رکے تو لے کے میرے دربار تک جتھوں جتنی جائیداد جتنی منگنا ہے اتنی میں لکھ کے ہون دینا پیا آرام اور رائش دی زندگی گزار علی علی کرنا چھوڑ دے اندے پاسے دیکھ کے آکھن لگا واہ تیرے جے کتے پیچھے لگ کے قرآن پڑھنا چھڑ دے ماں زبان حلامڑی میں مگنا جڑے نوجوان جنگ مائن بیٹھے ہو بسم اللہ کرا چھا میں بسم اللہ کرا چھا یہ بسم اللہ کرا چھا جی بسم تیرے جے کتے پیچھے لگ کے قرآن میرے ہر لونچ علی وسدا ہے کتھوں کڈا آئے ہائے کوئی منزل تے ہائی نا علی آلے دی 1400 سال قبلہ گزرن دے بعد تھوڑی جی بات نہیں کیتا کوشش تماچا کچھ منہ تے وج گیا اللہ ہو تیرے پیچھے لگ کے اس آگے میں تین صلاح دینا چنگا راسے اس آگے نہیں جو کرنا ہی کر موت تو ڈرانا ہے تین پتہ ہی نہیں موت کیا ہے اس آگے داستہ صحیح ہے اس آگے مرشد دی ملاقات ہے اور کیا ہے آئے 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 سفر میں بھی بہت زیادہ کیتا ہے لیکن میرے نال سفر تو بھی کر اللہ اکبر بڑی زبان پاک ہوں دی ہے جیڑی اس ذکر چ بول دی غصہ جان کے آدھا پھر میں ویہدہ توں علی دے قصیدے کیویں پڑھنا میری بات نہیں نہ مننی میں تینو پیار نہ سمجھایا نہ جتنی مرضی جاگیر لایا ایش دی زندگی نہیں نہ مننی آ پھر میں تینو غلام نو آدھا جلدی کر ایک پنجرا لائے کے آ لوہے دا قبلہ پنجرا منگوایا گیا علی والے دی منزل دے قید کرو پنجرے چ قبلہ قید تالا ماریا گیا اٹھا دیو دھوپ تے بند کر دیو خبردار ایسی سزا دے ساں جس میری گل نہ مننی اس نو پانی نہیں دینا اس نو روٹی نہیں دینی اس نو کوئی شے دینی نہیں میں ویکھنا کیویں علی علی کردا ہے کتنے دن کرتا ہے علی والا پنجرے چ مسکرا کے آدھا واہ کیڈا پاگل ہے یہ لنگر تے ایویں بند پیا کرنا جی میں اسی پہلوں تیرا کھانے ہاں دیو بسم اللہ کرام ہزارہ سلام ہیں تمہیں جڑے ہاتھ اٹھے جی بسم اللہ پھر آکھ دینا وہ بندہ تے او آکھ دا ہے ہن میں بھائی اور انو آکھاں پہ میں پانی نہیں دیندا تو آکھے اللہ کھلانا تے میں تے تو منگیا کدی اس آکھے لنگر دا کھانے دا پانی دا تو تد آکھیں جے تے تو دیویں بھی تے اسی نہیں کھانا تو میری گل پہ کردا حلال دے کتے نو پا اس تیرا لنگر نہیں کھانا جناب بلول نہیں آ کے ہارون دا کھانا آیا انہیں چک کے کتے کے سڑ دے جڑا نوکر سی انہیں کہا واہ شاہی کھانا تو کتے کے پا دیتا ہی میں ہنے تیری پیشی کرانا تو ہنے جا کے دربار دے وچ دسنا پھر شاہی کھانا تسی بھیجیا انہیں کتے نو پا دیتا اس کا چپ کر جا اچھی نہ بول کتے نو پتہ لگ گیا نا کھانا ادھروں آیا انہیں بھی نہیں کھانا گل نہیں سمجھ آتی پہلے میں بھی سننا جوانی نصیب ہو گئی اللہ کوئی نوکری پسند ہے جناب تساں بھی جیو تواڈے نال ہی باہر مرشد علی دے منن والے جتھے جتھے بھی ہیں ہر تکلیف تو محفوظ پائے ہر مشکل تو دور ٹنگ دے پنجرا ٹنگ دیتا دھپے بند دیتا
ਅਦਲ ਹੈ ਹੁਣ ਮੈਂ ਵੇਖਣਾ। ਤਲੋਂ ਬੈਠਾ ਮੁਸਕੁਰਾ ਕੇ ਆਖਣ ਲੱਗਾ, ਪਿਆਰੇ ਜੇ ਲੋਕਾਂ 'ਚ ਬੜਾ ਹੀ ਪਿਆਰਾ ਜੁਮਲਾ, ਔਰ ਸਮਝ ਗਿਆ ਤਾਂ ਮੇਰਾ ਈਮਾਨ ਹੈ ਨਜਫ ਤੱਕ ਨਾਰੇ ਦੀ ਸਦਾ ਜਾਏਗੀ, ਮੇਰਾ ਦਿਲ ਪਿਆਖਦਾ ਹੈ। ਟੰਗ ਦਿੱਤਾ ਤਾਂ ਤਲੋਂ ਮੁਸਕੁਰਾ ਕੇ, ਜਿਵੇਂ ਕਿਸੇ ਨੂੰ ਸਦਾ ਦੇਵੇ ਤਾਂ ਬੰਦਾ ਆਖਦਾ ਹੁਣ ਚੰਗਾ ਰਿਹਾ, ਤਲੋਂ ਮੁਸਕੁਰਾ ਕੇ ਆਖਣ ਲੱਗਾ ਵੇਖਿਆ ਹੀ ਅਲੀ ਦੀ ਮੁਹੱਬਤ ਦਾ ਸਿਲਾ, ਉੱਤੋਂ ਬੋਲਿਆ ਅਲੀ ਆਲਾ ਵੇਖਿਆ। ਉਸ ਆਖਿਆ ਕਿਵੇਂ? ਉਸ ਆਖਿਆ ਸਜ਼ਾ ਆਪ ਦਿੱਤੀ ਅਲੀ ਵਾਲੇ ਨੂੰ ਜੀ, ਇਹ ਪਿੰਜਰਾ ਆਪ ਮੰਗਵਾਇਆ ਹੀ, ਜੁਮਲਾ ਜ਼ਾਇਆ ਨਾ ਕਰੇ ਜੀ, ਤਾਲਾ ਆਪ ਲਾਇਆ ਹੀ ਜੀ, ਟੰਗਿਆ ਮੈਨੂੰ ਆਪ ਹੀ ਜੀ, ਮੈਂ ਟੰਗਿਆ। ਉਸ ਆਖਿਆ ਲੱਖ ਲਾਨਤ ਤੇਰੀ ਸਜ਼ਾ ਦਾ, ਤੈਨੂੰ ਪਤਾ ਹੀ ਨਹੀਂ ਲੱਗਾ, ਤੂੰ ਜਾਣਦਾ ਹੀ ਨਹੀਂ। ਉਸ ਆਖਿਆ ਹੈ ਐਡੀ ਸਜ਼ਾ ਤਾਂ ਕਿਵੇਂ ਨਹੀਂ ਜਾਣਦਾ? ਉਸ ਆਖਿਆ ਅਲੀ ਵਾਲੇ ਦਾ ਮੁਕਾਮ ਤਾਂ ਦੇਖ, ਸਜ਼ਾ ਵਿੱਚ ਵੀ ਅਲੀ ਵਾਲੇ ਦਾ ਮੁਕਾਮ ਤਾਂ ਦੇਖ, ਜਿੱਥੋਂ ਤੇਰਾ ਤਾਜ ਮੁੱਕਦਾ ਹੈ ਮੇਰੀ ਜੁੱਤੀ ਦੀ ਇਬਤਦਾ ਉੱਥੇ ਸ਼ੁਰੂ ਹੋਈ। ਹਲਾਈ 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 ਜੇ ਹਿਲ ਪਈ ਤੇਰੀ ਹਲਾਈ, ਬਿਸਮਿਲ੍ਲਾ ਕਰ ਜਵਾਨੀ ਨਸਲ, ਮੈਂ ਬਿਸਮਿਲ੍ਲਾ ਕਰ। ਜੀ ਬਿਸਮਿਲ੍ਲਾ ਕਰ ਜ਼ਿਆਦਾ ਦੇਰ ਅੱਲਾਹ ਦੇਖੇ। ਉਸ ਆਖਿਆ ਪੜਖਾ ਕਸੀਦਾ, ਮੈਂ ਵੇਖਾਂ ਹੁਣ ਕਿਤਨੇ ਕੁ ਦਿਨ ਪੜ੍ਹਨਾ। ਉਸ ਆਖਿਆ ਗੱਲ ਸੁਣ, ਮੈਂ ਕਸੀਦਾ ਪੜ੍ਹਨਾ ਅਤੇ ਮੁਰਸ਼ਦ ਅਲੀ ਦਾ ਕਸੀਦਾ ਵੀ ਕੁਰਾਨ ਹੈ, ਅਤੇ ਕੁਰਾਨ ਪੜ੍ਹਨ ਤੋਂ ਪਹਿਲੇ ਬੰਦਾ ਗੁਸਲ ਕਰੇ, ਵਜ਼ੂ ਕਰੇ, ਪਾਕ ਸਾਫ ਹੋਵੇ ਅਤੇ ਫਿਰ ਕੁਰਾਨ ਪੜ੍ਹੇ। ਉਸ ਆਖਿਆ ਗੱਲ ਤਾਂ ਐਵੇਂ। ਉਸ ਆਖਿਆ ਫਿਰ ਮੈਨੂੰ ਵਜ਼ੂ ਕਰਾ ਤਾਂ ਵੇਖ, ਫਿਰ ਮੈਂ ਮੁਰਸ਼ਦ ਅਲੀ ਦਾ ਕਸੀਦਾ ਇੰਜ ਪੜ੍ਹਾਂ ਤੇਰੀਆਂ ਇੱਟਾਂ ਬੋਲਣ। ਆਦਾ ਅੱਛਾ, ਬਰੇ ਦਰਬਾਰ ਦੇ ਪਾਸੇ ਲੋਕਾਂ ਦੇ ਪਾਸੇ ਦੇ ਕੇ ਆਦਾ ਸੁਣਿਆ ਨੇ ਅਲੀ ਵਾਲਾ ਹੈ ਨਾ, ਇਸ ਵਾਸਤੇ ਇਹਦਾ ਵਜ਼ੂ ਨਹੀਂ ਅਲੀ ਵਾਲਾ। ਉਸ ਆਖਿਆ ਨਹੀਂ ਨਹੀਂ, ਗਲਤ ਫਹਿਮੀ ਹੈ ਤੈਨੂੰ, ਮੇਰਾ ਪਿੱਛਿਓਂ ਹਾਂ ਤੂੰ ਹੱਥ ਲਾਇਆ ਟੁੱਟ ਗਿਆ। ਓ ਮੇਰੇ ਅੱਲਾ, ਪਤਾ ਨਹੀਂ ਚੰਦ ਬੰਦੇ ਕਿਹੜੇ ਕਦੋਂ ਬੋਲਣਾ ਜੇ ਤੁਸੀਂ, ਤੇਰਾ ਹੱਥ ਲੱਗਾ ਵਜ਼ੂ ਰਿਹਾ ਕੋਈ ਨਹੀਂ, ਪਹਿਲੇ ਵਜ਼ੂ ਤਾਂ ਕਰਾ। ਉਸ ਆਖਿਆ ਅੱਛਾ ਵਜ਼ੂ ਕਰੇਗਾ ਫਿਰ ਅਲੀ ਦਾ ਕਸੀਦਾ ਪੜ੍ਹੇਗਾ? ਉਸ ਆਖਿਆ ਬਿਲਕੁਲ, ਵਜ਼ੂ ਕਰਕੇ ਪੜ੍ਹਨਾ ਬਲਕਿ ਗੁਸਲ ਕਰਨਾ। ਉਸ ਆਖਿਆ ਸਾਡਾ ਕੰਮ ਹੀ ਬਣ ਗਿਆ ਇਹੋ, ਤੇ ਅਸੀਂ ਚਾਹੁੰਦੇ ਤੈਨੂੰ ਗੁਸਲ ਕਰਾਵਾਂਗੇ, ਵਜ਼ੂ ਕਰਾਵਾਂਗੇ, ਫਿਰ ਅਲੀ ਦਾ ਕਸੀਦਾ ਪੜ੍ਹੇਗਾ? ਉਸ ਆਖਿਆ ਜੀ ਆ। ਉਸ ਆਖਿਆ ਸਾਡਾ ਕੰਮ ਬਣ ਗਿਆ, ਅਸੀਂ ਇਹੋ ਹੀ ਤਾਂ ਚਾਹੁੰਦੇ ਵੀ ਤੂੰ ਅਲੀ ਦਾ ਕਸੀਦਾ ਇੱਥੇ ਨਾ ਪੜ੍ਹੇ, ਨਾ ਤੈਨੂੰ ਗੁਸਲ ਕਰਾਉਣਾ ਹੈ, ਨਾ ਤੈਨੂੰ ਵਜ਼ੂ ਕਰਾਉਣਾ ਹੈ, ਧੁੱਪੇ ਟੰਗੀ ਚਾ ਰਹੋ। ਆਦਾ ਮੈਂ ਬੇਵਾਰਸ ਤਾਂ ਨਹੀਂ, ਹਾਏ ਹਾਏ ਹਾਏ। ਆਦਾ ਕੌਣ ਹੈ ਤੇਰੇ ਵਾਰਸ? ਰੱਬੇ ਮੁਹੰਮਦ ਦੀ ਕਸਮ, ਪਿੰਜਰੇ ਦੇ ਵਿੱਚੋਂ ਨਜਫ ਵਾਲੇ ਪਾਸੇ ਮੂੰਹ ਕੀਤਾ, ਦਿਲ ਚਾਲੀ ਵਸਦਾ ਹੀ ਤਾਂ ਫਕੀਰ ਦੀ ਬਾਤ ਸੁਣੀ, ਨਜਫ ਵਾਲੇ ਪਾਸੇ ਮੂੰਹ ਕਰਕੇ ਹੱਕਲ ਮਾਰੀ ਹੈ, ਯਾ ਇਲੀ ਬਾਦਸ਼ਾਹ ਕਸੀਦਾ ਤੁਹਾਡਾ ਪੜ੍ਹਨਾ ਹੈ, ਮੇਰੇ ਵਜ਼ੂ ਦਾ ਇੰਤਜ਼ਾਮ ਤੁਸੀਂ ਆਪ ਕਰੋ। ਨਹੀਂ ਨਹੀਂ, ਗੱਲ ਦਾ ਮੈਨੂੰ ਲੁਤਫ ਨਹੀਂ ਆਇਆ, ਗੱਲ ਕਰਨ ਦੀ ਦੇਰ ਆਈ, ਮਜਮੇ ਦੇ ਵਿੱਚ ਚੀਮਾ ਕੋਈ ਸ਼ੁਰੂ ਹੋਈ, ਲਓ ਅਲੀ ਨੂੰ ਟੁਰਿਆ ਇੰਨੀ ਦੇਰ ਹੋ ਗਈ, ਅਲੀ ਇਹਦੇ ਵਜ਼ੂ ਦਾ ਇੰਤਜ਼ਾਮ, ਗੁਸਲ ਦਾ ਇੰਤਜ਼ਾਮ, ਗੱਲ ਕਰਨੀ ਸ਼ੁਰੂ ਕੀਤੀ ਹੈ, ਜਨਾਬ ਅਮੀਰ ਦੀ ਕਬਰ ਦੇ ਪਾਸਿਓਂ ਇੱਕ ਬੱਦਲ ਦੀ ਟੁਕੜੀ ਉੱਠੀ ਹੈ, ਅਲੀ ਵਾਲਿਆਂ ਕੁਰਾਨ ਦਿੱਤੀਆਂ ਪਾਰਾਂ ਦੀ ਕਸਮ, ਭਰਿਆ ਹੋਇਆ ਦਰਬਾਰ ਹੈ। ਉਹ ਦਰਬਾਰ ਦੇ ਵਿੱਚ ਆ ਕੇ ਅਜੇ ਗੱਲ ਮੁੱਕੀ ਨਹੀਂ, ਸਰਕਾਰੇ ਹੁਜਰ ਬਿਨ ਆਦੀ ਦੇ ਪਿੰਜਰੇ 'ਤੇ ਵਸਣੀ ਸ਼ੁਰੂ ਹੋ ਗਈ, ਅਲੀ ਵਾਲੇ ਗੁਸਲ ਕਰਨਾ ਸ਼ੁਰੂ ਕਰ। ਜਵਾਨੀ ਮਾਣੇ, ਜਵਾਨੀ ਮਾਣੇ, ਅਲੀ ਦੇ ਮੰਨਣ ਵਾਲੇ ਦਾ ਮੁਕਾਮ। ਬੜਾ ਪਿਆਰਾ ਨਾਰਾ ਮਾਰਿਆ, ਬੜਾ ਹੀ ਪਿਆਰਾ ਜਿਹਾ ਜੁਮਲਾ ਆਖਿਆ ਲੱਗਾ ਅਲੀ ਵਾਲਾ, ਸਕੂਨ ਦੇ ਨਾਲ, ਕੋਈ ਫਿਕਰ ਫਾਕਾ ਨਹੀਂ, ਕੈਦਾਂ ਕੁਛ ਮਿਲ ਸੀ ਨਾ ਮਿਲ ਸੀ, ਬੜੇ ਸਕੂਨ ਦੇ ਨਾਲ। ਇੱਥੋਂ ਨਾਲੋਂ ਇੱਕ ਬੰਦਾ ਬੋਲਿਆ, ਵਾਹ ਬਈ ਵਾਹ,
ਮੈਂ ਨਾਲ ਪਿੰਜਰੇ ਦੇ ਖਲੋਤਾਂ, ਪਿੰਜਰੇ ਦੇ ਨਾਲ ਮੇਰੇ 'ਤੇ ਇੱਕ ਛਿੱਟ ਵੀ ਨਹੀਂ ਪੈਂਦੀ ਪਈ। ਇਹਦੇ ਪਾਸੇ ਦੇ ਕੇ ਆਖਣ ਲੱਗਾ, ਪਾਣੀ ਪਾ ਕੇ ਪਲੀਤਾਂ 'ਤੇ ਪੈਣ ਵਾਲਾ ਨਹੀਂ। ਮਰਜ਼ੀਆਂ ਲਿਓ, ਮਰਜ਼ੀਆਂ ਲਿਓ, ਪਿਛਲੇ ਵੀ ਬੋਲ ਪਵੋ, ਮੈਂ ਬਿਸਮਿਲ੍ਲਾ ਕਰਾਂ ਚਾਹ। ਇਹ ਪਾਕਾਂ ਭੇਜਿਆ, ਅੱਲਾਹੁ ਅਕਬਰ। ਮੁਰਸ਼ਦ ਅਲੀ ਦਾ ਕਸੀਦਾ ਸ਼ੁਰੂ ਕੀਤਾ, ਵਜ੍ਹਾ ਕੀ ਆਈ? ਇਤਨੀ ਮੁੱਦਤ ਦੇ ਬਾਅਦ ਅਲੀ ਵਾਲਾ ਇੰਜ ਨਿਕਲੇ ਜਿਵੇਂ ਹੁਣ ਸਮਾਏ। ਕਮਾਈ ਕਿਹੜੀ ਆ, ਕਮਾਈ ਦੱਸਾਂ। ਕਸੀਦਾ ਸ਼ੁਰੂ ਕੀਤਾ, ਦਿਨ ਗੁਜ਼ਰਦੇ ਜਾਂਦੇ ਨੇ, ਚਿਹਰਾ ਅੱਗੇ ਨਾਲੋਂ ਹੁਸੀਨ ਹੁੰਦਾ ਜਾਂਦਾ ਹੈ। ਹਾਏ ਹਾਏ, ਜ਼ਿਆਰਤ ਕਰੀ ਹੈ ਜਿਵੇਂ ਬਲਬ ਚਮਕਦਾ ਹੈ, ਇਵੇਂ ਹਜ਼ੂਰ ਦਾ ਚਿਹਰਾ ਚਮਕਦਾ। ਹਾ ਹਾ ਹਾ, ਅੱਗੇ ਨਾਲੋਂ ਸੋਹਣੀ ਆਵਾਜ਼, ਤੰਗ ਆ ਗਿਆ। ਆਦਾ ਵੇਖਿਆ ਨਹੀਂ ਦਰਬਾਰ ਦੇ ਵਿੱਚ ਉਹ ਲੋਕ ਇਹਦਾ ਕਸੀਦਾ ਸੁਣਨ ਆਉਂਦੇ ਪਏ ਜਿਹੜੇ ਕਦੀ ਵੀ ਨਹੀਂ ਇੱਥੇ ਆਏ। ਮਤਲਬ ਦਮਿਸ਼ਕ ਦੀਆਂ ਇੱਟਾਂ ਅਲੀ ਅਲੀ ਕਰਨ ਲੱਗ ਪਏ। ਕੋਈ ਸਲਾਹ ਮਸ਼ਵਰਾ ਦਿਓ, ਤਵੱਜੋ ਦਾ ਤਾਲੇਬਾ। ਇੱਕ ਸ਼ਖਸ ਨੇ ਆਖਿਆ, ਜਿਹੜੇ ਵੇਲੇ ਇਸ ਨੂੰ ਲੈ ਕੇ ਆਇਆ, ਇਹਦਾ ਇੱਕ ਪੁੱਤਰ ਆਈ, ਬੜਾ ਹੀ ਸੋਹਣਾ, ਇਸਦੇ ਪੁੱਤਰ ਨੂੰ ਬੁਲਾ, ਇਹਦੇ ਸਾਹਮਣੇ ਉਹਦੇ ਕਤਲ ਦਾ ਹੁਕਮ ਦੇ, ਇਹ ਅਲੀ ਦੀ ਮੁਹੱਬਤ ਵੇਖ ਛੋੜ ਜਾਏਗਾ। ਅੱਲਾਹੁ ਅਕਬਰ। ਪੁੱਤਰ ਨੂੰ ਦਰਬਾਰ ਲਾਇਆ, ਇੱਕ ਜੁਮਲਾ ਆਖਣ ਲੱਗਾ ਜਿਸ ਵਿੱਚ ਬਹੁਤ ਕੁਛ ਹੈ ਅਗਰ ਸਮਝੇ ਤਾਂ। ਦਰਸ਼ੇ ਆਲੇ ਮੁਹੰਮਦ ਹੈ, ਦਰਬਾਰ ਲਾਇਆ। ਉਸ ਆਖਿਆ, ਗੱਲ ਸੁਣ, ਤੂੰ ਜਵਾਨੀ ਚੜ੍ਹਦਾ ਪਿਆ, ਤੈਨੂੰ ਇਸ ਵਾਸਤੇ ਬੁਲਾਇਆ, ਜਿਤਨੀ ਜਾਗੀ ਰਾਖੇ ਹੁਣੇ ਲਿਖ ਕੇ ਦੇਨੇ, ਐਸ਼ ਨਾਲ ਜ਼ਿੰਦਗੀ ਗੁਜ਼ਾਰ। ਪਿਓ ਪਾਗਲ ਹੋ ਗਿਆ, ਇਹਨੂੰ ਸਮਝਾ, ਅਲੀ ਅਲੀ ਨਾ ਕਰੇ। ਉਸ ਆਖਿਆ, ਗੱਲ ਸੁਣ, ਅਸੀਂ ਮੁਰਸ਼ਦ ਅਲੀ ਦੇ ਮੰਨਣ ਵਾਲੇ। ਜੁਮਲਾ ਹੀ ਹੋਏ, ਮੁਰਸ਼ਦ ਅਲੀ ਦੇ ਮੰਨਣ ਵਾਲੇ ਹਾਂ। ਮੁਰਸ਼ਦ ਅਲੀ ਦੇ ਮੰਨਣ ਵਾਲਾ ਉਹ ਹੁੰਦਾ ਹੈ ਜਿਹਨੂੰ ਮੁਰਸ਼ਦ ਦੇ ਫਰਮਾਨ ਵੀ ਯਾਦ ਹੋਵੇਣ। ਹੈ ਮੇਰਾ ਪੇਸ਼ਵਾ ਫਰਮੈਂਦਾ ਹੈ, ਪਿਓ ਨਾਲ ਗੁਸਤਾਖੀ ਕਰਨ ਵਾਲਾ ਹਰਾਮ ਦਾ ਹੁੰਦਾ ਹੈ। ਬੋਲ ਤੇ ਭਾਵੇਂ ਨਾ ਬੋਲ, ਮੇਰੀ ਗੱਲ ਪੱਲੇ ਬਣ ਕੇ ਜ਼ਰੂਰ ਟੁਰੀ। ਪਿਓ ਦਾ ਤਾਂ ਮੈਨੂੰ ਪਤਾ ਕੋਈ ਨਹੀਂ, ਰੁਕਦਾ ਹੈ ਨਹੀਂ ਰੁਕਦਾ। ਲੈ ਮੁਰਸ਼ਦ ਅਲੀ ਦਾ ਕਸੀਦਾ ਤੇਰੇ ਦਰਬਾਰ 'ਚ ਮੈਂ ਪੜ੍ਹਨ ਲੱਗਾ, ਬਾਬੇ ਤੋਂ ਪਹਿਲੇ ਮੈਨੂੰ ਰੋਕ ਕੇ ਵਿਖਾ। ਹਾਏ ਹਾਏ, ਕਮਾਈ ਕੈਸੀ ਆਈ ਕਿਬਲਾ, ਕਮਾਈ ਕੈਸੀ ਆਈ, ਮੂੰਹ ਨਾ ਆਖਣੇ 1400 ਸਾਲ ਬੈਠ ਕੇ ਸੋਚੀ। ਸ਼ੀਆ ਨੇ ਅਲੀ ਕੈਸੇ ਤੇਰੇ ਬਖਤ ਨੇ, ਕੈਸੇ ਤੇਰੇ ਮੁਕੱਦਰ ਨੇ। ਉਹ ਚਲੇ, ਅਸੀਂ ਜੇ ਵੀ ਹਾਂ, ਅਲਹਮਦੁਲਿਲਾ ਸਾਨੂੰ ਹਾਦੀ ਤੇ ਚੰਗੇ ਲੱਭ ਗਏ ਨੇ। ਜੰਨਤ ਜਾਗੀਰ ਸਾਡੀ ਏ, ਜੰਨਤ ਘਰ ਸਾਡਾ ਹੀ ਏ, ਤੇ ਆਪਣੇ ਘਰ ਦੇ ਵਿੱਚ ਮੰਗ ਕੇ ਨਹੀਂ ਜਾਈਦਾ, ਕੋਸ਼ਿਸ਼ ਕਰ ਆਪਣੇ ਘਰ 'ਚ ਬੂਹਾ ਖੋਲ ਕੇ ਚਲਾ ਜਾਏ। ਹਾਂ, ਮੇਰੀ ਗੱਲ ਨਹੀਂ ਸਮਝੀ ਤੂੰ? ਕੋਈ ਸਮਾਨ ਇਤਨਾ ਕੱਚਾ ਬਣਾਈ, ਤੈਨੂੰ ਆਪਣੇ ਘਰ ਦਾ ਬੂਹਾ ਖੜਕਾਉਣਾ ਨਾ ਪਵੇ। ਅੱਲਾਹੁ ਅਕਬਰ। ਅਜ਼ੀਮ ਜੁਮਲਾ ਆਖਣ ਲੱਗਾ, ਬਸ ਬਾਤ ਖਤਮ ਹੋ ਗਈ। ਸੁਬਹ ਤੋਂ ਬੈਠੇ ਹੋ, ਇਤਨੀ ਨੌਕਰੀ ਕਾਫੀ। ਆਖਰੀ ਜੁਮਲਾ, ਸਾਰਿਆਂ ਨੂੰ ਸੱਦਿਆ, ਉਹਨਾਂ ਆਖਿਆ ਕਤਲ ਦਾ ਹੁਕਮ ਦੇ। ਰੱਬੇ ਮੁਹੰਮਦ ਦੀ ਕਸਮ, ਭਰੇ ਦਰਬਾਰ ਦੇ ਵਿੱਚ ਆਪਦਾ ਸਿਰ ਜੁਦਾ ਕਰੋ। ਸਰਕਾਰ ਹੁਜਰ ਬਿਨ ਅਦੀ ਦੇ ਕੋਲ ਜੱਲਾਦ ਆਇਆ ਹੈ, ਇਹਦੇ ਪਾਸੇ ਦੇਖ ਕੇ ਆਖਣ ਲੱਗਾ, ਮਰੀਜ਼ਣ ਵਾਲੇ ਦੀ ਇੱਕ ਮੰਨੀ ਜਾਂਦੀ, ਇੱਕ ਮਨ। ਵਜ੍ਹਾ ਕੀ ਆਈ, ਕਮਾਈ ਕਿਹੜੀ ਆ, ਤੈਨੂੰ ਦੱਸਾਂ। ਇੱਕ ਮਨ, ਉਸ ਆਖਿਆ ਦੱਸ। ਉਸ ਆਖਿਆ, ਮੈਨੂੰ ਮਾਰਨ ਤੋਂ ਪਹਿਲੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਪੁੱਤਰ ਮਾਰ। ਜਿਹੜੀ ਜ਼ੁਬਾਨ ਨਾ ਬੋਲੀ, ਇਮਾਮੇ ਜ਼ਮਾਨਾ ਦੇ ਦਰਬਾਰ 'ਚ ਮੈਂ ਸ਼ਿਕਾਇਤ ਕਰ ਸਕਾਂ, ਮੈਂ ਵਕਤ ਦੀ ਇੱਕ ਆਵਾਜ਼ ਤੇਰੇ ਤੱਕ ਪਹੁੰਚਾਉਂਦਾ ਪਿਆ, ਮੇਰੇ ਮਾਰਨ ਤੋਂ ਪਹਿਲੇ ਮੇਰੇ ਪੁੱਤਰ ਨੂੰ ਮਾਰ। ਇੱਕ ਸਾਹ ਵੀ ਬਾਕੀ ਹੋਵੇ, ਮੇਰੀ ਗਰਦਨ 'ਤੇ ਤਲਵਾਰ ਉਸ ਵੇਲੇ ਫੇਰੀ ਜਿਸ ਵੇਲੇ ਹਰ ਸਾਹ ਇਹਦਾ ਮੁੱਕ ਜਾਏ। ਉਸ ਆਖਿਆ, ਵਾਕਿਆ ਹੀ ਮੌਤ ਦੇਖ ਕੇ ਪਾਗਲ ਹੋ ਗਿਆ। ਉਸ ਆਖਿਆ, ਨਹੀਂ, ਅਕਲ ਹੀ ਹੋਣਾ ਹੀ ਹੈ। ਹਾਏ 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 ਹਾਏ, ਹਜ਼ਾਰਾਂ ਸਲਾਮ ਇਹਨਾਂ ਬੇਤਵਾਦੀ ਸਮਝ ਤੋਂ।
ਓਏ ਅਕਲ ਹੀ ਹੁਣ ਆਈ ਹੋ ਸਕਿਆ, ਅਕਲ ਕਿਵੇਂ? ਇਹ ਜਿਹਾ ਸੋਹਣਾ ਪੁੱਤਰ ਕੋਈ ਪਿਓ ਮਰਾਂਦਾ ਹੈ? ਉਹਦਾ ਤਾਂ ਕੋਝਾ ਹੋਵੇ ਤਾਂ ਪਿਓ ਆਖਦਾ ਔਖੀ ਬਣ ਜਾਏ ਪਹਿਲੇ ਮੇਰੀ ਗਰਦਨ ਤੇ ਫਿਰ ਮੇਰੇ ਸਾਹਮਣੇ ਮੇਰੇ ਪੁੱਤਰ ਨੂੰ ਨਾ ਮਾਰੀ, ਮੈਂ ਇਹਨੂੰ ਤੜਫਦਾ ਦੇਖ ਨਹੀਂ ਸਕਦਾ। ਇਵੇਂ ਗੱਲ, ਕੈਸਾ ਪਾਗਲ ਹੋ ਗਿਆ, ਏਡਾ ਸੋਹਣਾ ਪੁੱਤਰ ਅੱਖਾਂ ਦੇ ਸਾਹਮਣੇ ਮਰੇਂਦਾ ਕਿਉਂ ਪਿਆ? ਵਜ੍ਹਾ ਕੀ ਆਈ? ਇਹਦੇ ਪਾਸੇ ਦੇਖ ਕੇ ਆਖਣ ਲੱਗਾ, ਇਹੋ ਤਾਂ ਤੈਨੂੰ ਪਤਾ ਨਹੀਂ ਮਰੇਂਦਾ ਕਿਉਂ ਪਿਆ, ਮੈਂ ਗੁਜ਼ਾਰ ਹੀ ਬੈਠਾ, ਇਸ ਗੁਜ਼ਾਰਨੀ ਏ ਮੇਰੀ ਜ਼ਈਫੀ ਆਉਂਦੀ ਪਈ, ਇਹਦੀ ਜਵਾਨੀ ਚੜ੍ਹਦੀ ਪਈ, ਆਪਣੀਆਂ ਅੱਖਾਂ ਦੇ ਸਾਹਮਣੇ ਇਸ ਵਾਸਤੇ ਮਰੇਂਦਾ ਪਿਆ, ਮੈਂ ਤਾਂ ਮੈਨੂੰ ਔਖਾ ਮਰੀਂਦਾ ਦੇਖ ਕੇ ਕਿਤੇ ਅਲੀ ਦੀ ਮੁਹੱਬਤ ਫਿਰ ਨਾ ਜਾਏਗਾ। ਹਜ਼ਾਰਾਂ ਸਲਾਮ ਹੈ ਤੁਹਾਨੂੰ। ਮੈਂ ਬਿਸਮਿਲ੍ਲਾ, ਜਿਹੜੇ ਹੱਥ ਉੱਠੇ ਨੇ ਬਤੂਲ ਦਾ ਪੁੱਤਰ ਇੱਜ਼ਤ ਆ, ਮੈਂ ਬਿਸਮਿਲ੍ਲਾ ਭਲਾ ਹੋਵੇ। ਬਹੁਤ ਸੋਹਣਾ ਸੁਣਿਆ ਇਮਾਮ ਜ਼ਮਾਨਾ ਤੁਹਾਨੂੰ ਰੰਗ, ਮੈਂ ਤਾਂ ਕਿਤੇ ਅਲੀ ਦੀ ਮੁਹੱਬਤ ਤੋਂ ਫਿਰ ਨਾ ਜਾਏ। ਪਿਓ ਅਤੇ ਪੁੱਤਰਾਂ ਨੂੰ ਸ਼ਹੀਦ ਕੀਤਾ, ਸ਼ਾਮ ਦੇ ਰੱਖ 'ਤੇ ਕਬਰ ਬਣਾਈ ਗਈ। ਇਵੇਂ ਸਮਝੋ, ਇਹ ਰੋਜ਼ਾ ਹੈ, ਇਹ ਦੀਵਾਰ ਹੈ, ਦੀਵਾਰ ਦੇ ਨਾਲ ਉਹ ਰਸਤਾ ਜਾ ਰਿਹਾ ਜਿਹੜੇ ਜ਼ਾਹਿਰ ਵੇਖ ਆਏ ਨੇ ਗਵਾਹੀ ਦੇ ਸੇ, ਇੰਜੇ ਨਾਲ ਰਸਤਾ ਜਾ ਰਿਹਾ। ਇਹ ਉਹ ਰਸਤਾ ਹੈ ਜਿਹੜਾ ਉਸ ਵਕਤ 'ਚ ਕੂਫੇ ਤੋਂ ਆਉਂਦਾ, ਇਸ ਦੀ ਕਬਰ ਦੇ ਨਾਲ ਉਹ ਜਿਹੜਾ ਲੰਘਦਾ, ਜਿਹੜੇ ਵੇਲੇ ਇਸ ਦੀ ਕਬਰ ਸਾਹਮਣੇ ਆਈ ਨਾ, ਤੇ ਅਲੀ ਦੀ ਧੀ ਰੱਸੀਆਂ ਪਾ ਕੇ, ਵਾਹ ਭਲਾ ਹੋਵੇ, ਕੈਦ ਹੋ ਕੇ ਜਿਹੜਾ ਮੇਰੀ ਮੁਰਸ਼ਦਜ਼ਾਦੀ ਇਸ ਦੀ ਕਬਰ ਦੇ ਸਾਹਮਣੇ ਆਈ ਨਾ, ਬੀਬੀ ਨੇ ਇੰਜ ਬੱਧੇ ਹੋਏ ਹੱਥ ਮੱਥੇ 'ਤੇ ਰੱਖੇ, ਮੱਥੇ 'ਤੇ ਰੱਖ ਕੇ ਬੀਬੀ ਨੇ ਇੱਕ ਜੁਮਲਾ ਆਖਿਆ, ਸੈਯਦ ਸਾਜਦੀਨ ਤੜਫਣ ਲੱਗ ਪਏ। ਜਿਹੜੇ ਵੇਲੇ ਅਲੀ ਦੀ ਧੀ ਨੇ ਆਖਿਆ, ਚਾਚਾ ਹੁਜਰ ਬਿਨ ਅਦੀ ਧੀ ਦਾ ਸਲਾਮ ਹੋਇਆ, ਮੈਂ ਬਿਸਮਿਲ੍ਲਾ ਕਰਾਂ, ਮੈਂ ਮਾਂ ਦੀ ਕੰਡ ਦੇ ਓਲੇ ਤੇ ਪਿਓ ਤੇ ਮਸਲੇ ਪੁੱਛਦੀ, ਚਾਚਾ ਨੰਗੇ ਸਾਰ ਤੇਰੀ ਕਬਰ ਤੇ ਆਈ ਕਦੀ? ਯਾ ਜ਼ਹਰਾ, ਮੈਂ ਬਿਸਮਿਲ੍ਲਾ, ਇਸ ਹਾਏ ਦਾ ਕਬਰ 'ਚ ਪਤਾ ਲੱਗ ਸੀ। ਜੀ ਮੈਂ ਲੱਖ ਵਾਰੀ ਆਖਿਆ, ਮਕਸਦ ਤੇ ਇਬਾਦਤ ਨਾਲ ਹੈ ਜਿਹੜੀ ਸੋਹਣੀ ਕਰ ਲਈ ਆਈ। ਅੱਲਾਹੁ ਅਕਬਰ, ਚਾਚਾ ਧੀ ਦਾ ਸਲਾਮ ਹੋਇਆ। ਸੈਯਦ ਸਾਜਦੀਨ ਜਾਣਦੇ ਹਨ, ਤੜਪ ਕੇ ਆਦਿਨ, ਅੰਮਾ ਤੁਸਾਂ ਚਾਚਾ ਆਖ ਕੇ ਸਲਾਮ? ਫਰਮਾਇਆ, ਸਜਾਦ ਬੇਟਾ ਆਪ ਨਹੀਂ ਆਖਾ, ਜਿਹੜੇ ਵਸਦੀਆਂ ਹੀ ਮਦੀਨੇ। ਇੱਕ ਦਿਨ ਬਾਬੇ ਮੈਨੂੰ ਹਾਂ ਨਾਲ ਲਾ ਕੇ ਚੋਟੀਆਂ ਚੁੰਮ ਕੇ ਫਰਮਾਇਆ, ਬੇਟਾ ਘਬਰਾਵੀ ਨਾ, ਜਿੱਦਾਂ ਸ਼ਾਮ ਵੰਜੇ ਨਾ, ਸ਼ਾਮ ਵਿੱਚ ਇੱਕ ਤੇਰਾ ਚਾਚਾ ਰੱਖਦਾ। ਵਾਹ ਵਾਹ, ਮਰਹਬਾ, ਵਾਹ ਵਾਹ। ਕੋਸ਼ਿਸ਼ ਕਰੀ ਆਖਰੀ ਮੁਕਾਨ ਆਈ, ਕੋਈ ਅੱਖ ਵੁਜ਼ੂ ਤੋਂ ਖਾਲੀ ਨਾ ਜਾਏ। ਮੈਂ ਆਪਣੀ ਮਜਲਸ ਵਾਸਤੇ ਨਹੀਂ, ਜਿਹੜੇ ਵਕਤ 'ਚ ਮੈਂ ਆ, ਇਸ ਤੋਂ ਅੱਗੇ ਮੌਤ ਹੈ ਵਕਤ, ਹੋਰ ਕੋਈ ਨਹੀਂ। ਆਪਣੀ ਮਜਲਸ ਵਾਸਤੇ ਨਹੀਂ, ਆਖਰੀ ਮੁਕਾਨ ਆਈ, ਹਾਏ ਜ਼ਰੂਰ ਕਰੀ, ਅੱਖ 'ਚ ਵੁਜ਼ੂ ਜ਼ਰੂਰ ਕਰੀ। ਕਿਉਂ? ਇਹ ਆਖਰੀ ਮੁਕਾਮ ਦੇ ਵਿੱਚ ਮੈਂ ਇੰਜ ਪੜਿਆ, ਹੁਸੈਨ ਬਾਦਸ਼ਾਹ ਦੀ ਅੰਮਾ ਤੇਰੇ ਵਾਸਤੇ ਆਮੀਨ ਆ। ਬੀਬੀ ਆਦੀ ਅੱਲਾ ਸੁਬੋ ਦਾ ਬੈਠਾ ਹੈ ਮੇਰੇ ਪੁੱਤਰ ਦੇ ਗਾਮੇ 'ਚ, ਇਹਦੀ ਹਰ ਨੇਕ ਦੁਆ ਕੋ ਕਬੂਲ ਫਰਮਾ। ਖੁਦਾ ਜਾਣਦਾ ਧੀਆਂ ਲਿਓ, ਅੱਲਾ ਬਾਦਸ਼ਾਹ ਜਾਣਦਾ। ਵੈਸੇ ਵੀ ਵਾਜਬ ਹੈ, ਵਾਜਬ ਜਿਹੜਾ ਆਲੀ ਉਨ ਵਲੀ ਉੱਲਾ ਪੜ੍ਹਦਾ ਸੈਯਦ, ਕੋਈ ਉਸਦੇ ਸਾਹਮਣੇ ਬੱਚਾ ਵੀ ਹੋਵੇ, ਸ਼ਾਮ ਦਾ ਨਾਮ ਚਾਵੇ, ਉਸਦੇ ਵਾਜਬ ਏ। ਭਾਵੇਂ ਟੁਰਦਾ ਪਿਆ, ਟੁਰਦਿਆਂ ਆਖੇ ਹਾਏ। ਮਾਤਮੀ ਨੌਜਵਾਨ, ਮਸਲਾਂ ਦੀ ਸ਼ਾਮ ਦਾ ਕੋਈ ਨਾਂ ਚਾਵੇ, ਸੀਨੇ 'ਤੇ ਹੱਥ ਜ਼ਰੂਰ ਮਾਰ ਦਿਆ ਕਰੋ। ਅੱਲਾਹੁ ਅਕਬਰ। ਕਿਉਂਕਿ ਇਸ ਸ਼ਾਮ ਦੇ ਮੁਤਲਕ ਸੈਯਦ ਸਾਜਦੀਨ ਫਰਮਾਉਂਦੇ ਨੇ, ਇਮਾਮ ਫਰਮਾਉਂਦੇ ਨੇ, ਇਸ ਸ਼ਾਮ ਨੇ ਮੇਰਾ ਜਿਗਰ ਖਾਧਾ। ਵਾਹ 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 ਵਾਹ, ਇਮਾਮ ਫਰਮਾਉਂਦੇ ਨੇ, ਇਸ ਸ਼ਾਮ ਮੇਰਾ ਜਿਗਰ ਖਾਧਾ। ਅੱਲਾ ਬਖਤ ਬੁਲੰਦ ਕਰਨੇ,
اس شام میں کمار مکایا. اللہ اکبر اللہ اکبر. قید نے بھاگ کے جڑا وطن تولی نہ علی دی دی. سرکار عبداللہ پوچھے علی دی دی یہ چہرے تے نشان کیسے؟
ਜਿਹੜਾ ਬੰਦਾ ਚੁੱਪ ਬੈਠਾ ਹੈ, ਤਾਰਫ ਕਰਵਾਵਾਂ, ਤਾਰਫ ਕਰਵਾਵਾਂ, ਮਾਫ਼ੀ ਮੈਂ ਇਸੇ ਵਾਸਤੇ ਮੰਗੀ। ਇਹ ਬੇਗੈਰਤ ਕੌਣ ਆਈ? ਇਹ ਉਹ ਬੇਗੈਰਤ ਆਈ ਜਿਸ ਦੀਗਰ ਦੇ ਵੇਲੇ ਅਕਬਰ ਦੇ ਬਾਬੇ ਦੇ ਮੂੰਹ ਤੇ ਤਮਾਚਾ ਮਾਰਿਆ। ਮੈਂ ਬਿਸਮਿਲ੍ਲਾ ਕਰਾਂ, ਜੋਲੀ ਫੈਲਾ ਜੇ ਮੰਗਣ ਆਇਆ ਬੈਠਾ ਤਾਂ, ਮੈਂ ਬਿਸਮਿਲ੍ਲਾ ਕਰਾਂ, ਜੋਲੀ ਫੈਲਾ ਜੇ ਪਿੰਨਣ ਆਇਆ ਬੈਠਾ ਤਾਂ, ਜ਼ਿੰਦਗੀ ਦਾ ਪਤਾ ਨਹੀਂ ਹੈ ਕਿਹੜੇ ਮੋੜ ਜੀ। ਵਲ ਵਲ ਆਖਣ ਵਾਲੀ ਗੱਲ ਨਹੀਂ, ਬਸ ਮੈਂ ਇਸ਼ਾਰਾ ਕਰ ਦਿੱਤਾ ਹੈ, ਵਲ ਵਲ ਆਖਣ ਵਾਲੀ ਗੱਲ ਨਹੀਂ। ਅੱਲਾ ਜਾਣਦਾ ਹੈ ਇਸ ਬੇਗੈਰਤ ਨੇ ਇਮਾਮ ਫਰਮੈਂਦੇ ਕੋਈ ਜ਼ੁਲਮ ਇੰਝ ਮੇਰੀ ਭੈਣ ਦੇ ਕੰਡ 'ਤੇ ਕੀਤਾ ਹੈ। ਇਮਾਮ ਫਰਮੈਂਦੇ ਮੇਰੇ ਸਾਹਮਣੇ ਮੇਰੀ ਭੈਣ ਤੜਫਣ ਲੱਗ ਪਈ। ਇਮਾਮ ਫਰਮੈਂਦੇ ਤੜਫਦਿਆਂ ਤੜਫਦਿਆਂ ਮੇਰੀ ਭੈਣ ਨੇ ਮੂੰਹ ਦੂਸਰੇ ਪਾਸੇ ਮਰਨਾ। ਵੈਸੇ ਮਸਾਏ ਵਿੱਚ ਜਿਹੜਾ ਹਦਾਇ ਰੋਵਣ ਨਹੀਂ ਆਉਂਦਾ, ਝੋਲੀ ਫੈਲਾਈ। ਇਮਾਮ ਫਰਮੈਂਦੇ ਦੁੱਖ ਵੇਖਦੀ ਆਈ, ਓਲੇ ਰੋਂਦੀ ਆਈ। ਇਮਾਮ ਫਰਮਾਇਆ ਹੱਦ ਮੁੱਕ ਗਈ ਜਿਹੜੇ ਵੇਲੇ ਬਾਜ਼ਾਰੇ ਹਮੀਦੀਆ ਦੇ ਵਿੱਚ ਮੇਰੀ ਭੈਣ ਨੇ ਇੰਝ ਜਾਣ ਕੇ ਮੇਰਾ ਹੱਥ ਨੱਪਿਆ। ਫਰਮਾਇਆ ਸਜਾਦ ਜਿਹਦਾ ਤੂੰ ਪੁੱਤਰੇ ਮੈਂ ਉਹਦੀ ਧੀ ਹਾਂ, ਜਿੱਥੇ ਕਿਸੇ ਨੇ ਮਾਰਿਆ ਹੈ ਮੈਂ ਤੇਰੇ ਸਾਹਮਣੇ ਰੋਈ ਨਹੀਂ। ਸਜਾਦ ਜਿਤਨੀਆਂ ਤਕਲੀਫਾਂ ਆਈਆਂ ਨੇ ਮੈਂ ਤੈਨੂੰ ਦੱਸਿਆ ਨਹੀਂ, ਲੇਕਿਨ ਹੁਣ ਮੇਰੀ ਹੱਦ ਮੁੱਕ ਗਈ ਹੈ। ਸਜਾਦ ਇਸ ਬੇਗੈਰਤ ਨੂੰ ਆਖ ਹੁਣ ਮੈਨੂੰ ਮੂੰਹ 'ਤੇ ਨਾ ਮਾਰੇ। ਸਜਾਦ ਮੇਰੇ ਕੰਨ ਫਟ ਗਏ ਨੀ ਮਾਤਾ, ਮੈਂ ਬਿਸਮਿਲ੍ਲਾ ਕਰਾਂ ਤਾਂ ਹੱਕਾ ਜਵਾਨੀਆਂ ਮਾਣੇ, ਆ ਤੇਰਾ ਸਿਰ ਦਾ ਮਾਤਮ ਅਕਬਰ ਦਾ ਬਾਬਾ ਕਬੂਲ ਕਰੇ। ਮੈਂ ਬਿਸਮਿਲ੍ਲਾ ਕਰਾਂ, ਆ ਮੌਲਾ ਤੁਹਾਡੇ ਪਰਦੇ ਸਲਾਮਤ ਰੱਖੇ ਜਿਹੜੀਆਂ ਬਿਸਮਿਲ੍ਲਾ ਕਰਕੇ ਬਹਿਣ ਕਰਕੇ ਰੋਂਦੇ ਪਏ ਹੋ। ਉਹ ਅਕਬਰ ਦਾ ਬਾਬਾ ਜੀ ਹੱਥ ਨਾ ਜੋੜ, ਮੈਂ ਨਿਆਜ਼ ਮੰਦਾ, ਮੈਂ ਬਿਸਮਿਲ੍ਲਾ ਕਰਾਂ। ਹਾਏ ਹਾਏ ਕਿਬਲਾ ਮਜਲਸ ਹੋ ਗਈ, ਸੋਹਣੀ ਫੂੜੀ ਵਿਛਾਈ, ਅਕੀਦੇ ਦੇ ਨਾਲ ਰੰਗ ਲੱਗ ਗਏ। ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ, ਬਜ਼ੁਰਗ ਬੈਠੇ ਨੇ ਸਟੇਟ ਸੈਕਟਰੀ ਸਾਹਿਬ, ਤੁਹਾਡੇ ਦੋਵਾਂ 'ਤੇ ਇੱਕ ਮੇਰਾ ਗੱਲ ਦਾ ਸਵਾਲ ਹੈ, ਮੈਨੂੰ ਜਵਾਬ ਦਿਓ। ਇੱਕ ਵੈਂਟ ਕਰਾਂ, ਮਜਲਸ ਖਤਮ। ਬਾਜ਼ਾਰ ਵਹਿੰਦੇ ਪਿਓ ਹੋ, ਤੁਹਾਡੇ ਨਾਲ ਕੋਈ ਛੋਟਾ ਬੱਚਾ ਹੋਵੇ, ਦੋਤਰੀ ਹੋਵੇ, ਪੋਤਰੀ ਹੋਵੇ, ਧੀ ਹੋਵੇ, ਉਹਨੂੰ ਬਾਜ਼ਾਰ ਦੇ ਵਿੱਚ ਕੋਈ ਤਕਲੀਫ ਆਵੇ, ਮੈਂ ਗੱਲ ਤੁਹਾਡੇ ਕੋਲੋਂ ਇਹ ਪੁੱਛਣੀ ਹੈ, ਤੁਸੀਂ ਤਸੱਲੀ ਦੇ ਸੋ ਜਾਂ ਬੱਚੀ ਤੁਹਾਨੂੰ ਤਸੱਲੀ ਦੇ ਸੋ? ਜਿਸ ਨਹੀਂ ਸਮਝਿਆ, ਹੋ ਸਕਦਾ ਇਸ ਜੁਮਲੇ ਦੇ ਅੱਗੇ ਮੈਂ ਪੜ੍ਹਾਈ ਨਾ, ਬੰਦੇ ਸਿਆਣੇ ਬੈਠੇ ਹੋ। ਮੈਂ ਬਿਸਮਿਲ੍ਲਾ ਕਰਾਂ, ਸੁਣਿਆ ਨੇ ਆਦੇ ਪੈਨ ਵੱਡਾ, ਮੈਂ ਤਸੱਲੀ ਦੇ ਸਾਂ। ਤਸੱਲੀ ਕਿਆ ਦੇ ਸਨ? ਪੁੱਤਰ ਮੈਂ ਤੈਨੂੰ ਚੁੱਕ ਲੈਣਾ, ਆ ਮੈਂ ਤੈਨੂੰ ਬਾਜ਼ਾਰੋਂ ਸ਼ਹਿ ਲੈ ਦੇਣਾ, ਆ ਜਿਹੜੀ ਚੀਜ਼ ਆਖ ਨਾ ਬੇਟਾ ਮੈਂ ਤੈਨੂੰ ਲੈ ਕੇ ਦੇਣਾ, ਰੋ ਨਹੀਂ, ਆ ਬੇਟਾ ਮੈਂ ਤੈਨੂੰ ਤੇਰੀ ਮਾਂ ਕੋਲ ਲੈ ਜਾਣਾ। ਇਹੋ ਹੀ ਤਸੱਲੀ ਦੇਣੀ ਮੈਨੂੰ ਕੁਰਾਨ ਦੇ 30 ਪਾਰਾਂ ਦੀ ਕਸਮ ਹੈ। ਬਾਜ਼ਾਰੇ ਹਮੀਦੀਆ ਦੇ ਵਿੱਚ ਸੈਯਦ ਸਾਜਦੀਨ ਨੂੰ 3 ਮਰਤਬਾ ਜਨਾਬ ਸਕੀਨਾ ਤਸੱਲੀ ਦੇ ਕੇ ਆਖਿਆ, ਟੁਰ ਮੈਂ ਜੋ ਤੇਰੇ ਨਾਲ ਪਈ। ਵਾਹ ਵਾਹ, ਜਿਹੜਾ ਹੱਥ ਪਿਆਰਾ ਕੀਤੀ ਖਲੋਤਾ ਉਹਦਾ ਆਪਣਾ ਨਸੀਬ ਆਈ। ਮੈਂ ਬਿਸਮਿਲ੍ਲਾ ਕਰਾਂ, ਅਕਬਰ ਦਾ ਬਾਬਾ ਵੈਣ ਕਬੂਲ ਕਰੇ ਜੀ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ ਜੀ, ਜਵਾਨੀ ਨਸੀਬ ਹੋਵੇ। ਮੈਂ ਬਿਸਮਿਲ੍ਲਾ 3 ਮਰਤਬਾ ਜੀ, ਮੇਰਾ ਸਰਦਾਰ ਬਿਸਮਿਲ੍ਲਾ ਕਰਾਂ। ਇਮਾਮ ਦਾ ਮੋਢਾ ਹਿਲਾ ਕੇ ਆਖਿਆ, ਟੁਰ ਮੈਂ ਜੋ ਤੇਰੇ ਨਾਲ ਪਿਆ ਨਹੀਂ ਆ। ਮੈਂ ਬਿਸਮਿਲ੍ਲਾ ਕਰਾਂ, ਥੋੜ੍ਹਾ ਜਿਹਾ ਉੱਚੀ ਕਰਦੇ। ਅੱਲਾ ਬਾਦਸ਼ਾਹ ਜਾਣਦੇ, ਇਮਾਮ ਮੁਹੰਮਦ ਬਾਕਿਰ ਫਰਮੈਂਦੇ ਨੇ, ਇਮਾਮ ਮਦਨ ਜਿਹੜਾ ਮੇਰੀ ਫੁੱਫੀ ਨੇ ਤੀਸਰੀ ਮਰਤਬਾ ਮੇਰੇ ਬਾਬੇ ਨੂੰ ਆਖਿਆ ਨਾ, ਟੁਰ ਮੈਂ ਤੇਰੇ ਨਾਲ ਪਿਆ ਨਹੀਂ। ਇਮਾਮ ਫਰਮੈਂਦੇ ਨੇ, ਤੌਕ ਦੇ ਵਿੱਚੋਂ ਬੜਾ ਔਖਾ ਮੇਰਾ ਬਾਬਾ ਬਾਜ਼ਾਰ 'ਚ ਬਹਿ। ਇਮਾਮ ਫਰਮੈਂਦੇ ਨੇ, ਜ਼ਖਮੀ ਹੱਥ ਮੇਰੇ ਬਾਬੇ ਨੇ ਜ਼ਖਮੀ ਮੇਰੀ ਫੁੱਫੀ ਦੇ ਗਲ 'ਚ ਪਾਏ ਨਾ। ਇਮਾਮ ਫਰਮੈਂਦੇ ਨੇ, ਕਰਬਲਾ ਤੋਂ ਲੈ ਕੇ ਪਹਿਲਾ ਮੌਕਾ ਜਿਹੜਾ ਮੇਰੇ ਬਾਬੇ ਨੇ ਭੈਣ ਦਾ ਸਿਰ ਚੁੰਮਿਆ ਹੈ। ਅੱਲਾ ਜਾਣਦਾ, ਇਮਾਮ ਫਰਮਾਇਆ ਬੇਟਾ ਇਹ ਹੱਕ ਮੇਰਾ ਬਣਦਾ, ਮੈਂ ਮਰਦਾ, ਵਤਨ ਦੂਰ ਹੈ, ਤੁਸੀਂ ਬੱਚੇ ਹੋ, ਪਰਦੇਦਾਰ ਹੋ, ਤਸੱਲੀ ਦੇਵਣ ਦਾ ਮੇਰਾ ਹੱਕ ਹੈ, ਤੁਸੀਂ ਕਿਉਂ ਦਿੰਦੇ ਪਏ ਹੋ? ਇਮਾਮ ਫਰਮੈਂਦੇ ਜਿਹੜਾ ਮੇਰੇ ਬਾਬੇ ਪੁੱਛਿਆ ਹੈ ਮੇਰੀ ਫੁੱਫੀ ਨੂੰ, ਜੋ ਹੱਕ ਮੇਰਾ ਬਣਦਾ ਮੈਂ ਤਸੱਲੀ ਦੇਵਾਂ, ਤੁਸੀਂ ਤਸੱਲੀ ਕਿਉਂ ਦਿੰਦੇ ਪਏ ਹੋ? ਸ਼ਾਲਾ ਪੜ੍ਹਨਾ ਤੇਰੇ ਮਿਜ਼ਾਜ ਮੈਂ ਬੜੇ ਸੋਹਣੇ ਜਾਣਨਾ, ਤੁਸੀਂ ਕਿਉਂ ਦਿੰਦੇ ਪਏ ਹੋ? ਫਰਮਾਇਆ ਇਮਾਮ ਫਰਮੈਂਦੇ ਮੇਰੀ ਫੁੱਫੀ ਡਾਹ ਮਾਰ ਕੇ ਰੁੰਨੀ ਔਰ ਰੋ ਕੇ ਫਰਮਾਇਆ, ਵੇਖ ਵੇ ਵੀਰ,
تین تسلی بار بار اس واسطے میں دیندی پیاں، سجاد اگر اتھے میں مر گئی، سجاد اوکھیاں سوکھیاں میرا جنازہ چا لئی سے، قبر بنا لئی سے، مینو دفن کر لئی سے، سجاد کفن نہ ملیا، میلے چولے نل دفن کر لئی سے، بار بار تینو تسلیاں پی دینیاں، مینو دس جے ایتھے تو مر گیا میں تینو کیویں کہدا، او سجاد پیو دے قاتلاں دسیا رہی، بسم اللہ بسم اللہ جی بابا جی بابا میں بسم اللہ کرا، بھلا ہوے تہاڈا، میں بسم اللہ کرا جوانی امان، جی آنا ہاتھ نہ جوڑنے آزمندہ، جی بسم اللہ کرا، فرمایا سجاد میں مر گئی مینو چاہ لئی سے، سجاد مینو دس اگر تو مر گیا میں تینو کیویں چاہیس، امام فرمیندن میرے بابے دیاں اکھاں جاں وسدیاں پیاں، بھین دے نال گل ہوندی پئی آئی، امام فرمیندن میں ڈٹھا ایک بچہ ہے جس دے سر تے ایک نبی نے دا ہتھ، اندی سانٹ بند رکھ، سر تے ہتھ رات رات نہ راسی، اگر جملہ سمجھے، امام فرمیندن او بچہ نبی نے نو لائے کے اتھے آئے جتھے میری پھوپھی دے نال میرا بابا گلاں پیا کریندا، آدھا نبی نے سامنے کھڑ کے بچے نے آکھیا ہے بابا مانگ، تھوڑا سلو کر دے اللہ دا نام، ہائے مانگ کیڑی شے دی لوڑے، بڑا رش مک گئی تمہید اک ستر مصائب دی، ہن پڑھن لگا خدا جاندا، جڑے ویلے بچے نے آکھیا ہے مانگ بڑا رش آئی، او نبی نا بھرے بازار چ بول کے آدھا کوئی ہے جڑا علی امیر المومنین دے نام تے خرائت دے، تو تے سن کے رو پے آئے، بازار چ تڑپن لگ گئی علی دی دھی، بی بی آدھی سجاد ویخ شرابیاں چ میرے پیو نو امیر المومنین پیا سددا ہے، سجاد جڑے دن دی کئی دن ہویاں، پہلا بندہ ہے جس میرے پیو نو امیر سدیا ہے، بسم اللہ کرا، مگلا 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 نواب نہ بنی فقیر بن، دو منٹ میں بسم اللہ کرا، سجاد میں دان کرنا چاہنی، فرمایا اما کر دان، تینو کس روکڑ، کربلا تو شام 90 موج دن علی دی دھی دے، اللہ جاندا ہے بی بی فرمایا میں دان کرنا چاہنی، امام فرمایا اما کر دان، فرمایا اس نبی نے نو آنکھ اتنا اچھی منگے، بازار چ ہر کمینہ سنے کہیں دے نام تے منگدا پیا ہے، پھر میں دان کراں انہاں لوکاں نو پتہ لگ جائے ذات دی قیدن نہ، پھر آدھی محبت چ قید ہوئی آئی، امام فرمایا او بندہ خدا ایک واری اچھی منگ، پھر زندگی منگن دی لوڑ نہ رس، اے اچھی آواز چاہدا کوئی ہے جڑا علی امیر المومنین دے نام تے اج دے وے، بی بی آجی سجاد نو آکھ جڑے اٹھ تے میں سوار آئیاں، اس اٹھ دے پچھے ٹر جائے، پچھلا پیر اٹھ سی زمین پھٹ سی، تلو خزانہ نکل سی، میں علی دی دھی پیا دیاں، قیامت تک چاہیدا رو نہ مک سی، میں بسم اللہ کرا، میں بسم اللہ، جڑے تھک پئے انہاں دا اپنا نصیب ہے، جڑے تھک گئے انہاں دا اپنا نصیب ہے، دعا دی قبولیت دا ٹائم ہے، جھولی پھیلائیں، جے بے اولاد ہے تو جھولی پھیلائیں، کسے دا قرضہ ڈیونا ہے تو جھولی پھیلائیں، اللہ جان دا بسم اللہ، امام فرمایا ہے بندہ خدا، او بیٹا اس نبی نے نو لائے کے اس اٹھ دے پچھے ٹر جا، ان دا پیر اٹھ سی زمین پھٹ سی، چالیں علی دے نام تے جتنا چاہنا ہے، اللہ جاندا ہے بچہ لائے کے ٹریا، چوتھے قدم تے نبی نہ بولے ہے پتر اے دان کرن والا کیڈا وڈا بادشاہ ہے، منہ تے پٹ کے آدھا بابا کہی دیے، آدھا بابا کلا نہیں ایک 5 سال دا بال نال کہی دیے، آدھا کمر سدھی کریں دا بچہ بول کے آدھا بابا تلیاں زمین تو پٹی گئیاں، بسم اللہ مرحبا، نہیں نہیں اینج نہیں، اینج نہیں، مکان آخری ہے،
ਇੰਜ ਨਹੀਂ ਜਿਵੇਂ ਮੇਰਾ ਦਿਲੇ ਮੁਕਾਣ ਕੂਵੇਂ ਹੋਵੇ ਸੈਣ ਤੇਰੇ ਤੇ ਰਾਜ਼ੀ ਵੰਜ ਖੁਦਾ ਜਾਣਦਾ ਧੀਆਂ ਲਿਆਂ ਦਾ ਪੁੱਤਰ ਮੈਨੂੰ ਪਤਾ ਲੱਗ ਗਿਆ ਇਸ ਰਾਸ਼ਸ ਵੀ ਝੋਲੀ ਭਰੀ ਬੱਚੇ ਵੀ ਭਰੀ ਇੱਕ ਅਸ਼ਰਫੀ ਚਾ ਕਿਆ ਦਾ ਪੁੱਤਰ ਅਸ਼ਰਫੀ ਬਾਬਾ ਸੋਨੇ ਦੀ ਕੰਡ ਕਰ ਬਹੁ ਜਿਹੜਾ ਦਾ ਰੋਵੇਂ ਨਈਆਂ ਦਾ ਮੋਜ ਦੀ ਅੱਲਾ ਜਾਣਦਾ ਜਿਹੜਾ ਕਿਆ ਸੋਨੇ ਦੀ ਭਰੇ ਬਾਜ਼ਾਰ ਚ ਬੋਲਿਆ ਕੋਈ ਹੈ ਜਿਹੜਾ ਅਲੀ ਅਮੀਰ ਅਲ ਮੋਮਿਨੀਨ ਦੇ ਨਾਮ ਤੇ ਅੱਜ ਮੈਨੂੰ ਅੱਖੀਆਂ ਦੇਵੇ ਆਦਾ ਮੈਂ ਬਾਜ਼ਾਰ ਚ ਵੇਖਾਂ ਕੈਦੀ ਉਹ ਕੇ ਦਾਨ ਪਿਆ ਕਰਦਾ ਏ ਆਦਾ ਮੈਂ ਦੇਖਾਂ ਕਿਤਨਾ ਕਾਇਨਾਤ ਵਾਲੀਏ ਅੱਲਾ ਜਾਣਦਾ ਜੀ ਬਾਬਾ ਜੀ ਬਾਬਾ ਜੀ ਬਾਬਾ ਹੱਥ ਨਾ ਜੋੜ ਮੈਂ ਬਿਸਮਿਲ੍ਲਾ ਕਰਾਂ ਖਰਾਇਤ ਹੀ ਮਿਲ ਗਈ ਏ ਮੈਂ ਬਿਸਮਿਲ੍ਲਾ ਕਰਾਂ ਆਖਰੀ ਜੁਮਲਾ ਖਰਾਇਤ ਮਿਲ ਗਈ ਬੱਚਿਆਂ ਦੀ ਜ਼ਿੰਦਗੀ ਉਹਨੇ ਮੈਂ ਬਿਸਮਿਲ੍ਲਾ ਕਰਾਂ ਅੱਲਾ ਜਾਣਦਾ ਇੱਕ ਆਦਾ ਕੋਈ ਹੈ ਜਿਹੜਾ ਅਲੀ ਅਮੀਰ ਅਲ ਮੋਮਿਨੀਨ ਦੇ ਨਾਮ ਤੇ ਅੱਜ ਅੱਖੀਆਂ ਦੇਵੇ ਸ਼ਾਲਾ ਪੜ੍ਹ ਲੈ ਤਾਂ ਤੂੰ ਸੁਣ ਲੈ ਸਜਾ ਦਾ ਬੰਦਾ ਖੁਦਾ ਇਹੋ ਹੈ ਸ਼ਰਫੀ ਇਹ ਜਿਹੜੀ ਚਾਈ ਆਈ ਅਲੀ ਦਾ ਨਾਮ ਲੈ ਕੇ ਅੱਖੀਆਂ ਤੇ ਫੇਰ ਜਿਵੇਂ ਫੇਰੀਏ ਅੱਖੀਆਂ ਮਿਲੀਆਂ ਨੇ ਦੌੜ ਕੇ ਸੈਯਦ ਸਾਜਦੀਨ ਦੇ ਨੇੜੇ ਹੱਥ ਜੋੜੇ ਨੇ ਮੈਨੂੰ ਸੱਚ ਦੱਸ ਕੋਈ ਨਬੀ ਏ ਜਾਂ ਇਮਾਮ ਏ ਸੈਯਦਾ ਦਾ ਅੱਖੀਆਂ ਮਿਲ ਗਈਆਂ ਮਾਲ ਮਿਲ ਗਿਆ ਫਰਮਾਇਆ ਇੱਕ ਮੇਰੀ ਮਨੇ ਸੇ ਆਦਾ ਹੁਕਮ ਤੇ ਕਰ ਤੇਰੀ ਸੌ ਮੰਨਾ ਫਰਮਾਇਆ ਅੱਖੀਆਂ ਬੰਦ ਕਰ ਜਿਤਨੀ ਜਲਦੀ ਹੋ ਸਕਦਾ ਈ ਬਾਜ਼ਾਰ ਚੋਂ ਨਿਕਲ ਜਾ ਆਦਾ ਅੱਖੀਆਂ ਦੇਣਾ ਏ ਤੇ ਵੇਖਣ ਕਿਉਂ ਨਹੀਂ ਦੇਂਦਾ ਫਰਮਾਇਆ ਜਿਹਦੇ ਨਾਮ ਤੇ ਮਿਲੀਆਂ ਨੇ ਉਹਦੀਆਂ ਤਿੰਨ ਧੀਆਂ ਬਾਜ਼ਾਰ ਚ ਨੰਗੇ ਸਰ ਆਦਾ ਪੱਥਰਾਂ ਦੀ ਬਾਰ ਜੀ ਬਾਬਾ ਅਦਰਕ ਮਨ ਅੱਲਾ ਉਹ ਜਵਾਨੀ ਨਸੀਬ ਹੋਵੇ ਉਹ ਮੌਲਾ ਤੇਰਾ ਪੁਰਸਾ ਕਬੂਲ ਫਰਮਾਏ ਅਕਬਰ ਦਾ ਬਾਬਾ ਬਾਨੀਆਂ ਦੀ ਪੂੜੀ ਵਿਛਾਈ ਕਬੂਲ ਫਰਮਾਏ ਮੌਲਾ ਤੇਰਾ ਟੁਰਾਇਆ ਕਬੂਲ ਜੀ ਬਾਬਾ ਮੈਂ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਇਬਾਦਤ ਹੋ ਗਈ ਦੁਆ ਮੰਗ ਲਓ ਮੌਲਾ ਤੁਹਾਡੀ ਇਬਾਦਤ ਕਬੂਲ ਫਰਮਾਏ ਜੀ ਨੌਜਵਾਨ ਏ ਮਸਲਾਂ ਦੀ ਪਈ ਏ ਹੱਥ ਜੋੜੀ ਖਲਾਏ ਆਦਾ ਇੱਕ ਵਾਰੀ ਫੇਰ ਰਾਤ ਸੁਣ ਲਈ ਸੇ ਜਡਾ ਆਖੇ ਅਲੀ ਦੀਆਂ ਨੂਹਾਂ ਤੇ ਧੀਆਂ ਨੰਗੇ ਸਰ ਬਾਜ਼ਾਰ ਹੱਥ ਜੋੜ ਕੇ ਆਦਾ ਬੜੇ ਦਾਨ ਕੀਤੇ ਨੀ ਇੱਕ ਹੋਰ ਕਰਜਾ ਸਜਾ ਦਾਦਾ ਜਲਦੀ ਮੰਗ ਆਦਾ ਜਿਤਨੀ ਜਲਦੀ ਹੋ ਸਕਦਾ ਏ ਦਿੱਤੀਆਂ ਅੱਖਾਂ ਵਾਪਸ ਲਾਏ ਆਦਾ ਉਹ ਅਲੀ ਦੀ ਧੀ ਕੁਜਾ ਸ਼ਰਾਬੀਆਂ ਦੀ ਭੀੜ ਕੁਜਾ ਆਦਾ ਉਹ ਅਲੀ ਦੀਆਂ ਨੋਹਾ ਕੁਜਾ ਬਦਮਾਸ਼ਾ ਦੀ ਭੀੜ ਮੇਰੇ ਮੌਲਾ ਇਸ ਮਜਲਿਸ ਨੂੰ ਮਨਜ਼ੂਰ ਮਕਬੂਲ ਫਰਮਾ ਮੇਰੇ ਮੌਲਾ ਜਿਤਨੇ ਹਾਜ਼ਰ ਗੈਰ ਹਾਜ਼ਰ ਜੋ ਨੇਕ ਮਕਾਸਦ ਪੂਰੇ ਫਰਮਾ ਮੇਰੇ ਮੌਲਾ ਬਾਰਵੇਂ ਹਾਦੀ ਦਾ ਜਲ ਜ਼ਹੂਰ ਫਰਮਾ ਸਾਡੀਆਂ ਅੱਖਾਂ ਬਾਦਸ਼ਾਹ ਦੀ ਜ਼ਿਆਰਤ ਕਰਨ ਮੇਰੇ ਮੌਲਾ ਜਿਹੜੇ ਹੱਥ ਉੱਠੇ ਖਲੋਤੇ ਨੇ ਕਿਸੇ ਕਮੀਨੇ ਦੇ ਮੁਹਤਾਜ ਨਾ ਹੋਵੇਣ ਮੇਰੇ ਮੌਲਾ ਜਿਹੜੇ ਬਿਮਾਰ ਹਨ ਮੇਰੇ ਮੌਲਾ ਉਹਨਾਂ ਨੂੰ ਸ਼ਫਾ ਦੇ ਚਾਹ ਮੇਰੇ ਮੌਲਾ ਤੇਰੀ ਜ਼ਾਤ ਪਾਕ ਹੈ ਤੇਰੀ ਜ਼ਾਤ ਪਾਕ ਹੈ ਦਿਲਾਂ ਦਿਆਂ ਰਾਜ਼ਾਂ ਨੂੰ ਜਾਣਨਾ ਹੈ ਜਿਸ ਮੋਮਨ ਦੀ ਵੀ ਜੋ ਨੇਕ ਆਰਜ਼ੂ ਹੈ ਮੇਰੇ ਮੌਲਾ ਆਪਣੇ ਦਰਬਾਰ 'ਚ ਪੂਰੀ ਫਰਮਾ ਮੇਰੇ ਮੌਲਾ ਤੇਰੀ ਜ਼ਾਤ ਪਾਕ ਹੈ ਬਾਰਵੇਂ ਹਾਦੀ ਦਾ ਜਲ ਜ਼ਹੂਰ ਫਰਮਾ ਮੇਰੇ ਮੌਲਾ ਬਾਨੀਆਂ ਦੇ ਰਿਜ਼ਕ 'ਚ ਇਜ਼ਾਫਾ ਫਰਮਾ ਮੇਰੇ ਮੌਲਾ ਤੇਰੀ ਜ਼ਾਤ ਪਾਕ ਹੈ ਤੇਰੀ ਜ਼ਾਤ ਪਾਕ ਹੈ ਹਰ ਦੁਆ ਜ਼ੁਬਾਨ 'ਤੇ ਨਹੀਂ ਆ ਸਕਦੀ ਦਿਲਾਂ ਦਿਆਂ ਰਾਜ਼ਾਂ ਨੂੰ ਜਾਣਨਾ ਇਸ ਦਰਬਾਰ 'ਚ ਮਰਦ ਮਸਤੂਰਾਂ ਜਿਤਨੇ ਵੀ ਬੈਠੇ ਨੇ ਮੇਰੇ ਮੌਲਾ ਖਾਲੀ ਝੋਲੀ ਆਏ ਨੇ ਕਿਸੇ ਨੂੰ ਖਾਲੀ ਨਾ ਵਲਾਈ ਅੱਲਾਹੁਮਾ ਸੁਲਿ ਆਲਾ ਮੁਹੰਮਦ ਵਾਲ ਮੁਹੰਮਦ ਸੁਬਹ ਦਾ ਐਲਾਨ ਮੋਮਿਨ ਇਨ ਕਿਰਾਮ।